ਇਹਦੀਆਂ ਇਲੈਕਸ਼ਨ ਦਾ ਰਿਜ਼ਲਟ ਆਉਣਾ ਆ, ਵੈਸੇ ਆ ਚੁੱਕਿਆ ਹੋਣਾ ਜਦੋਂ ਤੱਕ ਵੀਡੀਓ ਪੈਣੀ ਹੈਗੀ, ਤੇ ਆਪਣੇ ਕੋਲ ਰਾਤ ਦੇ 11:30 ਹੋ ਗਏ, 12 ਵਜਣੇ ਵਾਲੇ ਹੈਗੇ, ਤੇ ਮੈਨੂੰ ਬਾਹਲਾ ਜ਼ਿਆਦਾ ਇੰਟਰਸਟ ਹੈਗਾ ਵੋਟਾਂ ਦੇ ਵਿੱਚ। ਮੈਂ ਛੋਟੇ ਹੁੰਦੇ ਹੀ ਦੇਖਣ ਜਾਂਦੀ ਹੁੰਦੀ ਸੀਗੀ, ਉਦੋਂ ਹੋਰ ਕੁਛ ਨੀ ਪਤਾ ਹੁੰਦਾ ਸੀਗਾ, ਉਦੋਂ ਸਾਡੇ ਨਾ ਉੱਥੇ ਬਾਦਲ ਹੁਣੀ ਖੜਦੇ ਹੁੰਦੇ ਸੀਗੇ, ਤੇ ਸਾਡੇ ਬਾਦਲਾਂ ਨੇ ਮੋਟਰਾਂ ਲਵਾਈਆਂ ਸੀ, ਤੇ ਸਾਡੇ ਘਰਦਿਆਂ ਨੇ ਦਾਦੇ ਹੋਣਾ ਨੇ ਇਹੀ ਦੱਸਿਆ ਹੁੰਦਾ ਸੀਗਾ ਵੀ ਬਾਦਲ ਹੈ ਪੁੱਤ, ਆਪਣਾ ਬਾਦਲ ਜਿੱਤਣਾ ਚਾਹੀਦਾ, ਤੇ ਅਸੀਂ ਟੀਵੀ ਅੱਗੇ ਸਿਰਫ ਇਹੀ ਦੇਖਣ ਜਾਂਦੇ ਹੁੰਦੇ ਸੀ ਕਿ ਬਾਦਲ ਜਿੱਤ ਗਿਆ, ਜੇ ਜਿੱਤ ਗਿਆ ਬਸ ਉਦੋਂ ਭੱਜੇ ਆਉਣਾ ਵੀ ਹਾਂ ਜਿੱਤ ਗਿਆ, ਕਹਾਣੀ ਖਤਮ, ਆਪਣਾ ਬੰਦਾ ਜਿੱਤ ਗਿਆ। ਹਾਲੇ ਤੱਕ ਜਿਹੜਾ ਰਿਜ਼ਲਟ ਚੱਲ ਰਿਹਾ ਉਹਦੇ ਹਿਸਾਬ ਨਾਲ ਤਾਂ ਬੀਜੇਪੀ ਜਿੱਤ ਰਹੀ ਆ, ਪਰ ਕਹਿੰਦੇ ਮੋਦੀ ਪਿੱਛੇ ਸੀਗਾ, ਬੜੀ ਹਾਸੇ ਵਾਲੀ ਗੱਲ ਆ। ਤੇ ਇਹ ਮਤਲਬ ਨਾ ਇਹ ਦੇਖਣ ਦਾ ਵੱਖਰਾ ਹੀ ਸਵਾਦ ਆਉਂਦਾ ਆ। ਵੈਸੇ ਤਾਂ ਇਹ ਵੀ ਕੀਤਾ ਜਾ ਸਕਦਾ ਸੀ ਕਿ ਸਾਰਾ ਕੁਝ ਛੱਡ ਕੇ ਸੌਂ ਜਾਓ ਤੇ ਸਵੇਰੇ ਉੱਠ ਕੇ ਰਿਜ਼ਲਟ ਦੇਖੋ। ਉਧਰ ਮੇਰੇ ਕਾੜੀ ਵੀ ਬੈਠਾ ਮੈਨੂੰ ਮੈਸੇਜ ਕਰੀ ਜਾਂਦਾ ਮੈਂ ਸੌਣਾ ਚਾਹੁੰਦਾ, ਮੇਰੇ ਐਕਸਾਈਟਮੈਂਟ ਬਣਾਈ ਜਾਂਦੇ ਨੇ। ਹਲੇ ਤੱਕ ਮਤਲਬ ਦੋ ਗੱਲਾਂ ਨੇ, ਹਜੇ ਤੱਕ ਭਾਈ ਅੰਮ੍ਰਿਤਪਾਲ ਸਿੰਘ ਵੀ ਅੱਗੇ ਚੱਲ ਰਹੇ ਹੈਗੇ ਆਪਣੀ ਸੀਟ ਤੋਂ, ਤੇ ਭਾਈ ਸਰਬਜੀਤ ਸਿੰਘ ਜੀ ਜਿਹੜੇ ਸ਼ਹੀਦ ਭਾਈ ਬੈਂਤ ਸਿੰਘ ਜੀ ਦੇ ਸਪੁੱਤਰ ਨੇ ਉਹ ਵੀ ਫਰੀਦਕੋਟ ਤੋਂ ਅੱਗੇ ਚੱਲ ਰਹੇ ਆ, ਪਰ ਉਹ ਥੋੜੀਆਂ ਵੋਟਾਂ ਨਾਲ ਅੱਗੇ ਨੇ। ਪਰ ਜੇ ਯਾਰ ਉਹ ਬਾਹਲੀ ਮੈਨੂੰ ਅਜੀਬ ਗੱਲ ਲੱਗੂ ਜੇ ਪੰਜਾਬ ਦੇ ਵਿੱਚ ਬੀਜੇਪੀ ਦੀ ਕੋਈ ਬੰਦਾ ਜਿੱਤ ਗਿਆ ਤੇ ਇੱਕ ਆਪਣਾ ਲੁਧਿਆਣੇ ਏਰੀਆ ਵਾਲਾ ਹੀ ਲੀਡ ਕਰ ਰਿਹਾ ਵਾ ਨਾ ਇੱਕ ਬੰਦਾ। ਤੇ ਮੇਨ ਹੈਗਾ ਮਤਲਬ ਮੈਂ ਜਿਹੜੀਆਂ ਚੀਜ਼ਾਂ ਕਰਕੇ ਬੈਠੀ ਸੀਗੀ, ਮੈਨੂੰ ਮਤਲਬ 4 ਸੀਟਾਂ ਦਾ ਇੰਟਰਸਟ ਸੀਗਾ, ਉਹਨਾਂ 'ਚ ਦੋਵਾਂ ਦਾ ਤਾਂ ਨਾਮ ਹੀ ਨਹੀਂ ਆ ਰਿਹਾ, ਮਾਨ ਸਾਹਿਬ ਦਾ ਤੇ ਰਿਸ਼ਪਾਲ ਸਿੰਘ ਛੰਦੜਾਂ ਦੇ, ਜਿਹੜੇ ਮਤਲਬ ਉਹਨਾਂ ਦਾ ਜਿਹੜਾ ਸਪੁੱਤਰ ਖੜਾ ਹੈ ਅੰਮ੍ਰਿਤਪਾਲ ਸਿੰਘ ਛੰਦੜਾਂ, ਉਹ ਲੀਡ 'ਚ ਹੀ ਨਹੀਂ ਆ ਰਹੇ ਹੈਗੇ ਲੁਧਿਆਣੇ ਵਾਲਿਆਂ ਤੇ। ਮੈਂ ਮਤਲਬ ਕਮਾਲ ਮੰਨਦੀ ਆ ਲੁਧਿਆਣੇ ਵਾਲਿਆਂ ਦਾ, ਕੁਛ ਨੀ ਪਤਾ ਲੱਗਦਾ, ਇਹ ਰਾਜਨੀਤੀ ਚ ਅਜੀਬ ਆ, ਇੱਕ ਲੁਧਿਆਣੇ ਮਤਲਬ ਫਿਰ ਵੀ ਇੱਕ ਸ਼ਹੀਦ ਪਰਿਵਾਰਾਂ ਦੇ ਬੱਚੇ ਜਦੋਂ ਖੜੇ ਸੀਗੇ ਉਹਨਾਂ ਦੀ ਸਪੋਰਟ ਕਰਨੀ ਬਣਦੀ ਸੀ, ਚਲੋ ਘੱਟੋ ਘੱਟ ਜਿੱਤਦੇ ਨਾ, ਪਰ ਲੀਡ ਦੇ ਵਿੱਚ ਤਾਂ ਆਉਂਦੇ, ਨਾਮ ਤਾਂ ਹੁੰਦਾ, ਪਰ ਅਜੀਬ ਹੋ ਰਿਹਾ ਆ, ਦੇਖਦੇ ਆ ਕੀ ਬਣਦਾ, ਪਰ ਮਜ਼ਾ ਆ ਰਿਹਾ ਆ ਮਤਲਬ ਰਿਜ਼ਲਟ ਦੇਖਣ ਦਾ, ਪੇਪਰਾਂ ਦਾ ਰਿਜ਼ਲਟ ਦੇਖਣ ਜਿੰਨਾ ਚਾਅ ਹੁੰਦਾ ਹੈ ਇਹਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਠਾਕ ਹਾਂ। ਅੱਜ ਆਪਾਂ ਨੇ ਬਣਾਉਣੀ ਆ ਸਵੀਟ ਡਿਸ਼, ਕਿਉਂਕਿ ਰਾਜਦੀਪ ਦੇ ਪਾਪਾ ਰਾਤ ਨੂੰ ਰੋਜ਼ ਕਹਿ ਦਿੰਦੇ ਨੇ ਕੋਈ ਸਵੀਟ ਡਿਸ਼ ਹੈਗੀ ਆ, ਅਤੇ ਕਿਉਂਕਿ ਆਦਤ ਆ ਉਹਨਾਂ ਨੂੰ ਖਾਣ ਦੀ, ਬਾਹਰ ਜੋਬ ਕਰਦੇ ਸੀਗੇ ਵੀ ਰੋਟੀ ਤੋਂ ਬਾਅਦ ਕੁਛ ਨਾ ਕੁਛ ਖਾਣਾ। ਕੱਲ੍ਹ ਮੈਂ ਬਣਾਈ ਸੀਗੀ ਸਾਬੂਦਾਣਾ ਖੀਰ, ਅਤੇ ਉਹ ਉਹਨਾਂ ਨੇ ਖਾਧੀ, ਅਤੇ ਅੱਜ ਮੇਰੇ ਕੋਲ ਪਿਆ ਸੀਗਾ ਨਾਰੀਅਲ ਦਾ ਬਰਾਦਾ, ਅਤੇ ਮੈਂ ਸੋਚਿਆ ਇਹਦੀ ਥੋੜ੍ਹੀ ਜਿਹੀ ਬਰਫੀ ਬਣਾ ਕੇ ਰੱਖ ਲੈਂਦੇ, ਕਈ ਦਿਨ ਨਿਕਲ ਜੂਗੀ। ਰਾਜਦੀਪ ਨੂੰ ਤਾਂ ਮੈਨੂੰ ਤਾਂ ਵੈਸੇ ਘੱਟ ਹੀ ਪਸੰਦ ਆ, ਪਰ ਇਹਦੇ ਵਿੱਚ ਹੁਣ ਕਾਫ਼ੀ ਚੀਜ਼ਾਂ ਮਿਕਸ ਹੋ ਜਾਣੀਆਂ, ਰਾਜਦੀਪ ਹੁਣ ਬਹੁਤ ਵਧੀਆ ਬਣੂੰਗੀ। ਅਤੇ ਅੱਜ ਆਪਾਂ ਬਣਾਵਾਂਗੇ ਇਹ, ਗਰਮੀ ਬਹੁਤ ਜ਼ਿਆਦਾ, ਮੈਂ ਰਾਜਦੀਪ ਨੂੰ ਵੀ ਵਿਚਾਰੇ ਨੂੰ ਗਰਮੀ 'ਚ ਮਾਰਦੀ ਹਾਂ, ਮੈਨੂੰ ਐਂ ਹੁੰਦਾ ਵੀ ਚਲੋ ਉਹਨਾਂ ਕਿਹਾ ਉਹਨਾਂ ਨੇ ਵੀ ਕੋਈ ਚੀਜ਼ ਬਣਾ ਦਿਉ ਮਿੱਠੀ, ਅਤੇ ਬਣਾ ਲੈਂਦੇ ਹਾਂ। ਬੱਚੇ ਪਰ ਨਮਕੀਨ ਚੀਜ਼ ਖਾ ਕੇ ਜ਼ਿਆਦਾ ਪਸੰਦ ਕਰਦੇ ਨੇ ਨਮਕੀਨ ਖਾਣਾ, ਅਤੇ ਇਹਨਾਂ ਲਈ ਵੀ ਕੋਈ ਆਪਾਂ ਬਣਾ ਦਾਂਗੇ ਜਿਹੜੀ ਇਹਨਾਂ ਦੀ ਪਸੰਦ ਦੀ ਹੋਊਗੀ ਬਾਅਦ ਦੇ ਵਿੱਚ। ਅਤੇ ਫਿਲਹਾਲ ਦਾ ਆਪਾਂ ਨੇ ਅਚਾਰ ਵਗੈਰਾ ਪਾਉਣਾ, ਅੰਬਾਂ ਦੀ ਚਟਨੀ ਬਣਾਉਣੀ ਆ, ਅਤੇ ਉਹ ਹਨੇਰੀ ਚੱਲ ਗਈ ਰਾਤ, ਕੱਚੇ ਅੰਬ ਡੇਂਗੇ, ਹੁਣ ਆਪਾਂ ਨੇ ਕੱਚੇ ਅੰਬਾਂ ਦੀਆਂ 2-3 ਰੈਸਪੀਆਂ ਬਣਾਵਾਂਗੇ, ਅਤੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ, ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਮਾਨ। ਅਤੇ ਆਪਾਂ ਨੇ ਜੀ ਇਹ ਮਠਿਆਈ ਬਣਾਉਣ ਲਈ 1 ਕੱਪ ਨਾਰੀਅਲ ਦਾ ਬੁਰਾਦਾ ਲਿਆ, 1/2 ਕੱਪ ਚੀਨੀ ਦਾ ਲਿਆ, 1 ਕੱਪ ਦੁੱਧ ਦਾ, ਅਤੇ 1 ਕੱਪ ਹੈਗਾ ਜਿਹੜਾ ਸੁੱਕਾ ਦੁੱਧ ਹੁੰਦਾ ਆਪਣਾ ਉਹਦਾ, ਅਤੇ 2 ਚਮਚ ਪਾਵਾਂਗੇ ਆਪਾਂ ਕੰਡੈਂਸ ਮਿਲਕ, ਥੋੜ੍ਹਾ ਜਿਹਾ ਇਲਾਇਚੀ ਪਾਊਡਰ ਉਹ ਆਪਾਂ ਨੇ ਕੁੱਟ ਕੇ ਰੱਖਿਆ ਹੋਇਆ, ਅਤੇ ਥੋੜ੍ਹੇ ਜਿਹੇ ਆਪਾਂ ਨੇ 8-10 ਕਾਜੂ ਲਏ ਸੀਗੇ
ਉਹ ਕਾਜੂ ਲੈ ਕੇ ਆਪਾਂ ਨੇ ਬਰੀਕ ਬਰੀਕ ਕੁੱਟ ਲਏ, ਪੀਸੇ ਨਹੀਂ ਹੈਗੇ, ਥੋੜੇ ਸੀਗੇ ਕਿਉਂਕਿ ਮਿਕਸੀ ਦੇ ਵਿੱਚ ਫਿਰ ਆਲੇ ਦੁਆਲੇ ਲੱਗ ਜਾਂਦੇ ਨੇ ਸਾਰੇ, ਇਸ ਕਰਕੇ ਮੈਂ ਜਿਹਦੇ ਵਿੱਚ ਇਲਾਇਚੀਆਂ ਕੁੱਟਦੇ ਹੁੰਦੇ ਹਾਂ, ਨਿੱਕੀ ਜਿਹੀ ਕੁੰਡੀ ਹੁੰਦੀਆਂ ਉਹਦੇ ਵਿੱਚ ਆਪਾਂ ਨੇ ਕੁੱਟ ਲਈਆਂ, ਤੇ ਹੁਣ ਆਪਾਂ ਇਹਨੂੰ ਤਿਆਰ ਕਰਦੇ ਹਾਂ ਤੇ ਬਣਾਉਂਦੇ ਹਾਂ। ਕੋਈ ਬਹੁਤ ਵੱਡਾ ਪ੍ਰੋਸੈਸ ਨਹੀਂ ਹੈਗਾ ਤੇ ਥੋੜ੍ਹਾ ਬਹੁਤਾ ਹੀ ਸੀਗਾ। ਅੱਜ ਵੋਟਾਂ ਦਾ ਰਿਜ਼ਲਟ ਆਇਆ ਸੀਗਾ ਤੇ ਕਈ ਖੁਸ਼ ਹੋਣਗੇ, ਕਈ ਸੈਡ ਹੋਣਗੇ, ਪਰ ਹਰ ਕਿਸੇ ਦੀ ਆਪੋ ਆਪਣੀ ਕਿਸਮਤ ਆ ਨਾ। ਜਿਹਦੇ ਸਿਰ ਤੇ ਝੰਡਾ ਝੂਲਣਾ ਹੁੰਦਾ ਝੂਲਦਾ ਹੀ ਝੂਲਦਾ। ਕਈ ਮੈਂਬਰਾਂ ਦੀ ਤਾਂ ਬਹੁਤ ਹੀ ਜ਼ਿਆਦਾ ਖੁਸ਼ੀ ਆ ਵੀ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਆ, ਸਾਰੇ ਜਾਣਦੇ ਹੀ ਨੇ ਤੇ ਆਪਾਂ ਮੈਂਸ਼ਨ ਨਾ ਕਰੀਏ ਤੇ ਫਿਰ ਕਈਆਂ ਨੂੰ ਹੋ ਜਾਂਦੀ ਆ ਨਾ ਵੀ ਸਾਰਿਆਂ ਦੇ ਆਪੋ ਆਪਣੇ ਸੁਝਾਅ ਹੁੰਦੇ ਨੇ, ਕੋਈ ਕਿਸੇ ਨੂੰ ਪਸੰਦ ਕਰਦਾ, ਕੋਈ ਕਿਸੇ ਨੂੰ। ਚਲੋ ਜੀ, ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ, ਕਿਉਂਕਿ ਬੰਦਾ ਬਹੁਤ ਜੂਝਦਾ ਤੇ ਸਰਕਾਰ ਲੋਕ ਵੀ ਉਹਦੇ ਸਾਥ ਦਿੰਦੇ ਨੇ ਵੀ ਚਲੋ ਹਨਾ, ਜਿਹਦੇ ਵੱਲ ਆਪਾਂ ਨੂੰ ਥੋੜਾ ਜਿਹਾ ਝੁਕਾਅ ਹੁੰਦਾ ਆਪਾਂ ਉਹਦੇ ਵੱਲ ਹੀ ਜ਼ਿਆਦਾ ਝੁਕਦੇ ਹਾਂ। ਤੇ ਬਾਕੀ ਤਾਂ ਸਰਕਾਰਾਂ ਨੇ ਚੱਲਦੀਆਂ ਰਹਿੰਦੀਆਂ ਨੇ, ਆਪਾਂ ਨੇ ਤਾਂ ਕੰਮ ਕਰਨਾ, ਰੋਟੀ ਪਕਾਉਣੀਆਂ ਤੇ ਖਾਣੀਆਂ, ਆਪਾਂ ਨੂੰ ਤਾਂ ਕਿਸੇ ਨੇ ਕੀ ਦੇਣਾ। ਤੇ ਏਦਾਂ ਹੀ ਆ ਵੀ ਕਾਨੂੰਨ ਲਾਗੂ ਹੋ ਜਾਂਦੇ ਨੇ, ਕਦੇ ਬਦਲ ਜਾਂਦੇ ਨੇ ਤੇ ਕਦੇ ਕੁਛ ਕਦੇ ਕੁਛ। ਤੇ ਬਾਕੀ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਹੁਣ ਆਪਾਂ ਆਪਣੀ ਰੈਸਿਪੀ ਬਣਾਉਂਦੇ ਹਾਂ। ਤੇ ਬਿਲਕੁਲ ਸਿੰਪਲ ਹੈ ਜੀ, ਆਪਾਂ ਨੇ ਸਭ ਤੋਂ ਪਹਿਲਾਂ ਨਾਰੀਅਲ ਦਾ ਬਰਾਦਾ ਪਾ ਲਿਆ ਤੇ ਫਿਰ ਆਪਾਂ ਨੇ ਪਾ ਲਿਆ ਚੀਨੀ ਵਾਲਾ ਕੱਪ। ਚੀਨੀ ਇਸ ਕਰਕੇ ਆਪਾਂ ਨੇ ਘੱਟ ਪਾਈ ਹੈ ਕਿਉਂਕਿ ਕੰਡੈਂਸ ਮਿਲਕ ਪਾਉਣਾ ਤੇ ਸੁੱਕੇ ਦੁੱਧ ਦੇ ਵਿੱਚ ਵੀ ਕਾਫੀ ਮਿੱਠਾ ਹੁੰਦਾ, ਤੇ ਇਹ ਪਾ ਲੈਣਾ ਨਾ। ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਹਦੇ ਵਿੱਚ ਹੀ ਪਾ ਦੇਣਾ ਦੁੱਧ, ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ। ਤੇ ਆਪਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੂੰ ਹੁਣ ਭੁੰਨ ਲੈਣਾ, ਤੇ ਜਦੋਂ ਥੋੜ੍ਹਾ ਜਿਹਾ ਭੁੱਜ ਗਿਆ ਉਦੋਂ ਹੀ ਆਪਾਂ ਇਹਦੇ ਵਿੱਚ ਕਾਜੂ ਤੇ 2 ਚਮਚ ਕੰਡੈਂਸ ਮਿਲਕ ਦੇ ਪਾ ਲਾਂਗੇ, ਬਸ ਰਿੱਝਣ ਲੱਗੇ ਥੋੜ੍ਹਾ ਜਿਹਾ। ਅਤੇ ਜੇ ਇਹ ਆਪਣਾ ਹੁਣ ਰਿੱਝਣ ਲੱਗ ਗਿਆ ਤਾਂ ਇੱਥੇ ਆਪਾਂ ਇਹਦੇ ਵਿੱਚ ਕਾਜੂ ਪਾ ਦਾਂਗੇ ਅਤੇ ਨਾਲ ਹੀ ਪਾ ਦਾਂਗੇ ਕੰਡੈਂਸ ਮਿਲਕ ਦੇ 2 ਚਮਚ। ਜੇ ਤੁਸੀਂ ਮਿੱਠਾ ਘੱਟ ਖਾਂਦੇ ਹੋ, ਥੋੜ੍ਹੀ ਫਿੱਕੀ ਬਣਾਉਣੀ ਆ, ਤਾਂ ਫਿਰ ਤੁਸੀਂ ਚੀਨੀ ਇੱਥੇ ਸਕਿੱਪ ਵੀ ਕਰ ਸਕਦੇ ਹੋ। ਜੇ ਕੰਡੈਂਸ ਮਿਲਕ ਪਾਉਣਾ, ਜੇ ਕੰਡੈਂਸ ਮਿਲਕ ਨਹੀਂ ਪਾਉਣਾ ਤਾਂ ਚੀਨੀ ਪਾ ਲਓ। ਅਤੇ ਲਓ ਜੀ, ਆਪਾਂ ਇਹਨਾਂ ਨੂੰ ਇਹਨੂੰ ਭੁੰਨ ਰਹੇ ਹਾਂ, ਬਸ ਥੋੜ੍ਹਾ ਜਿਹਾ ਸੇਕ ਹੋਰ ਲਵਾਵਾਂਗੇ ਅਤੇ ਫਿਰ ਉਹਦੇ ਬਾਅਦ 'ਚ ਥੋੜ੍ਹਾ ਜਿਹਾ ਠੰਡਾ ਹੋਊਗਾ ਅਤੇ ਫਿਰ ਆਪਾਂ ਇਹਦੀ ਜਮਾਵਾਂਗੇ ਬਰਫੀ। ਸਮੈਲ ਬਹੁਤ ਸੋਹਣੀ ਆ ਰਹੀ ਹੈ, ਖੁਸ਼ਬੂ, ਕਿਉਂਕਿ ਮਿੱਠੀ ਚੀਜ਼ ਤਾਂ ਵਧੀਆ ਲੱਗਦੀ ਹੈ। ਅਤੇ ਜੇ ਆਪਣੀ ਬਰਫੀ ਦਾ ਮਟੀਰੀਅਲ ਆ ਜਿਹੜਾ ਤਿਆਰ ਹੋ ਗਿਆ ਅਤੇ ਗੈਸ ਆਪਾਂ ਕਰ ਦਿੰਦੇ ਹਾਂ ਆਫ, ਆਪਾਂ ਇਹਨੂੰ 2 ਭਾਗਾਂ ਵਿੱਚ ਵੰਡ ਦਿੰਦੇ ਹਾਂ ਅਤੇ ਇੱਕ ਦੇ ਵਿੱਚ ਆਪਾਂ ਪਾਵਾਂਗੇ ਥੋੜ੍ਹਾ ਜਿਹਾ ਫੂਡ ਕਲਰ ਅਤੇ ਇਹਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ। ਤੁਸੀਂ ਕਿਸੇ ਵੀ ਕਲਰ ਦਾ ਪਾ ਸਕਦੇ ਹੋ। ਅਤੇ ਲਓ ਜੀ, ਆਪਾਂ ਨੇ ਟ੍ਰੇ ਦੇ ਵਿੱਚ ਰੱਖ ਦੇਣਾ, ਬਣਾਇਆ ਤਾਂ ਆਪਾਂ ਨੇ ਥੋੜ੍ਹਾ ਜਿਹਾ ਹੀ ਹੈ ਵੈਸੇ, ਚੰਗੀ ਤਰ੍ਹਾਂ ਇਹਦੇ ਵਿੱਚ ਪਲਾ ਦੇਣਾ ਠੰਡਾ ਹੋਇਆ। ਅਤੇ ਜਿਹੜਾ ਗ੍ਰੀਨ ਕਲਰ ਆ ਇਹ ਆਪਾਂ ਨੇ ਉੱਪਰ ਰੱਖ ਦੇਣਾ ਹੈ। ਚੰਗੀ ਤਰ੍ਹਾਂ ਸੈੱਟ ਕਰ ਦਿਉ ਅਤੇ ਛੋਟਾ ਜਿਹਾ ਕੰਟੇਨਰ ਹੋਵੇ ਉਹ ਜ਼ਿਆਦਾ ਵਧੀਆ ਰਹਿੰਦਾ, ਉਹਦੇ ਵਿੱਚ ਪਾ ਕੇ ਦੋਨੇ ਲੇਅਰਾਂ ਰੱਖ ਦਿਉ। ਤੁਸੀਂ ਇੱਥੇ ਚਾਂਦੀ ਵਰਗ ਕੁਛ ਵੀ ਕਾਜੂ ਬਦਾਮ ਪਿਸਤਾ ਜੋ ਕੁਛ ਲਾਉਣਾ ਚਾਹੁੰਦੇ ਹੋ ਲਾ ਸਕਦੇ ਹੋ। ਅਤੇ ਹੁਣ ਆਪਾਂ ਇਹਦੇ ਉੱਤੇ ਬਦਾਮ ਲਗਾ ਦਿੰਦੇ ਹਾਂ। ਹੁਣ ਜੀ ਆਪਾਂ ਇਹਨੂੰ ਥੋੜ੍ਹੀ ਦੇਰ ਲਈ ਰੈਸਟ 'ਤੇ ਰੱਖ ਦਾਂਗੇ ਅਤੇ ਫਿਰ ਕੱਟਾਂਗੇ ਅਤੇ ਖਾ ਕੇ ਤੁਹਾਨੂੰ ਦੱਸਾਂਗੇ ਕਿੱਦਾਂ ਦੀ ਬਣੀ ਆ। ਮੈਂ ਵੀ ਪਹਿਲੀ ਵਾਰੀ ਖਾਣੀ ਆ ਵੈਸੇ ਨਾਰੀਅਲ ਦੇ ਲੱਡੂ,
ਵਗੈਰਾ ਮੁੱਲ ਦੇ ਬਹੁਤ ਵਾਰੀ ਖਾਧੇ ਹੋਏ ਨੇ ਤੇ ਇਹ ਆਪਾਂ ਨੇ ਘਰੇ ਪਹਿਲੀ ਵਾਰੀ ਬਣਾਈ ਆ ਵੀ ਪਤਾ ਨਹੀਂ ਕਿੱਦਾਂ ਦਾ ਟੇਸਟ ਹੋਣਾ। ਵੈਸੇ ਚੀਜ਼ਾਂ ਵਧੀਆ ਨੇ ਸਾਰੀਆਂ ਟੇਸਟੀ ਹੋਊਗੀ ਖਾਣ ਨੂੰ ਤਾਂ ਤੇ ਬਾਕੀ ਆਪਾਂ ਮਿਲਦੇ ਹਾਂ ਤੁਹਾਨੂੰ। ਖਾਣ ਆਪਾਂ ਨੇ ਬਣਾ ਲਈ ਸੀਗੀ ਤੇ ਹੁਣ ਆਪਾਂ ਰਿਵਿਊ ਲੈਂਦੇ ਹਾਂ ਮਨੀ ਦੇ ਡੈਡੀ ਉਹਨਾਂ ਦਾ। ਮੈਂ ਤੇ ਰਾਜਦੀਪ ਨੇ ਤਾਂ ਵੈਸੇ ਟੇਸਟ ਕਰਕੇ ਦੇਖ ਲਈ ਸੀਗੀ, ਸਾਨੂੰ ਤਾਂ ਲੱਗੀ ਬੜੀ ਸਵਾਦ। ਬਾਕੀ ਹੁਣ ਇਹ ਦੱਸਣਗੇ ਇਹਨਾਂ ਨੂੰ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਫਿਰ ਅਜੇ ਹਰਦੀਪ ਹੁਣੀ ਉੱਪਰ ਹੀ ਨੇ, ਉਹਨਾਂ ਨੂੰ ਬਾਅਦ ਚ ਦੇ ਦਾਂਗੇ। ਲਓ ਜੀ ਆਪਾਂ ਜਿਹੜੀ ਕੱਲ ਅੰਗਦ ਦੀ ਦਾਦੀ ਨੇ ਬਰਫੀ ਬਣਾਈ ਆ। ਅੱਛਾ ਜਦ ਬੱਚੇ ਹੋ ਜਾਂਦੇ ਨੇ ਲੈਕ ਲੈਕ ਹੋ ਜਾਂਦਾ ਹੈ, ਉਹਨੂੰ ਖਾ ਕੇ ਦੱਸਦੇ ਆ। ਪਹਿਲਾਂ ਤੁਸੀਂ ਤਸੀਂ ਕਹਿ ਕੇ ਬੁਲਾਉਣਾ ਪੈਂਦਾ ਤੇ ਫਿਰ ਬੱਚੇ ਹੋ ਜਾਂਦੇ ਨੇ, ਫਿਰ ਉਹਨਾਂ ਦਾ ਡੈਡੀ, ਫਿਰ ਪੋਤੇ ਪੋਤੀਆਂ ਹੋ ਜਾਂਦੇ ਨੇ। ਪੋਤੇ ਜੇ ਪੋਤੀ ਪਹਿਲਾਂ ਹੋ ਗਈ ਤਾਂ ਪੋਤੀ ਦਾ ਨਾ, ਜੇ ਪੋਤਾ ਹੋ ਗਿਆ ਪੋਤੀ। ਹਾਂ ਪਹਿਲਾਂ ਭਤੀਜੇ ਭਤੀਜੀਆਂ ਹੁੰਦੇ ਨੇ ਉਹਨਾਂ ਦਾ ਨਾਂ ਲੈ ਕੇ ਕਹਿ ਦਈਦਾ, ਤੁਹਾਡੇ ਪਾਪਾ ਜਿਵੇਂ ਮਨਰਾਜ ਹੋਣਾ ਦੇ ਪਾਪਾ ਕਹਿ ਦਿੰਦੇ ਆ। ਹੁਣ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ, ਕੀ ਚੀਜ਼ ਹੈ? ਚੀਜ਼ ਚੂ ਦਾ ਨਹੀਂ ਪਤਾ ਹੈਗਾ, ਸਵਾਦ ਬਹੁਤ ਆ। ਕੁਛ ਨਹੀਂ ਪਤਾ ਲੱਗ ਰਿਹਾ ਵਿੱਚ ਕੀ ਕੁਛ ਪਾਇਆ ਹੈ। ਕਿਸੇ ਨੇ ਬਣਾ ਕੇ ਰੱਖਿਆ ਹੈਗਾ, ਰੋਟੀ ਤੋਂ ਬਾਅਦ ਪੁਟਿੰਗ ਹੋ ਜਾਂਦੀ ਆ। ਬਸ ਉਹ ਮੈਂ ਦੱਸਿਆ ਸੀਗਾ ਪਹਿਲਾਂ ਵੀ ਤੁਹਾਡੇ ਅੰਕਲ ਨੂੰ। ਸਾਡੇ ਵੀ ਇੱਕ ਮੈਂਬਰ ਆ, ਉਹ ਪੁਟਿੰਗ ਖਾਣ ਦਾ ਸ਼ੌਕੀਨ ਆ। ਜੌਬ ਕਰਦਿਆਂ ਕਰਕੇ ਬੰਦਿਆਂ ਨੂੰ ਇਹ ਹੁੰਦਾ ਵੀ ਬਾਅਦ ਚ ਸ਼ਾਮ ਨੂੰ ਜਦੋਂ ਅਸੀਂ ਰੋਟੀ ਖਾਣੀ ਆ, ਉਹ ਜਦੋਂ ਘਰ ਵਾਲੀ ਕੰਟੀਨ ਚੋਂ ਸਮਾਨ ਪਾਈ ਜਾਂਦੀ ਆ ਉਹ ਕੱਢੀ ਜਾਂਦਾ। ਉਹ ਘਰੇ ਆ ਕੇ ਕਹਿੰਦਾ ਬਈ ਕੋਈ ਪੁਟਿੰਗ ਲਿਆ, ਕਹਿੰਦੀ ਬੁਰਸ਼ ਬਰਸ਼ ਕਰੋ ਮੈਂ ਬਣਾਉਣੀ ਆ ਹੁਣ। ਇਹ ਗੱਲ ਹੈ, ਚੀਜ਼ਾਂ ਲਿਆ ਕੇ ਦੋ ਲੇਡੀਜ਼ ਤਾਂ ਹੀ ਬਣਾਉਂਗੀ, ਮੈਨੂੰ ਇਹਦਾ ਕੋਈ ਪਤਾ ਨਹੀਂ ਲੱਗਦਾ, ਉੱਪਰ ਬਦਾਮਾਂ ਦਾ ਹੀ ਪਤਾ ਲੱਗਦਾ। ਟੇਸਟ ਨਹੀਂ ਆ ਰਿਹਾ ਵੀ ਕਿਹੜੀ ਚੀਜ਼ ਦੀ ਆ, ਇੰਨਾ ਟੇਸਟ ਚੀਜ਼ਾਂ ਹੈ। ਇਹ ਹੈਗੀ ਆ ਨਾਰੀਅਲ ਦੀ ਬਰਫੀ। ਅੱਛਾ, ਨਾਰੀਅਲ, ਸੁੱਕਾ ਦੁੱਧ, ਕਾਫੀ ਚੀਜ਼ਾਂ ਮਿਕਸ ਨੇ ਤਾਂ ਨਹੀਂ ਪਤਾ ਲੱਗ ਰਿਹਾ, ਬੜੀ ਸਵਾਦ ਬਣੀ ਆ। ਨਾਲੇ ਦੋ ਟੁਕੜੀਆਂ ਮੋਟਰ ਤੇ ਪਾ ਦਈਏ, ਲੇਜ਼ਰ ਵਾਲੇ ਦਾ ਫੋਨ ਆਇਆ, ਵਾਹਿਗੁਰੂ, ਦੁੱਧ ਦੀ ਬੋਤਲ ਤੇ ਦੁਪਹਿਰ ਦੀ ਰੋਟੀ ਘਰੇ ਖਾਵਾਂਗੇ। ਪਿੰਡ ਫੇਰਾਂਗੇ, ਪਹਿਲਾਂ ਉੱਥੇ 5 ਕਿੱਲੇ ਰਹਿ ਗਏ ਉਹ ਫੇਰ ਕੇ, ਦੁਪਹਿਰ ਦੀ ਰੋਟੀ ਬਣਾ ਦਿਓ ਇੱਕ ਬੰਦੇ ਦੀ, ਠੀਕ, ਤੇ ਦੁੱਧ ਤੇ ਬਰਫੀ ਜਾਂ ਦੋ ਟੁਕੜੀਆਂ ਪਾ ਲੂ ਖਾ ਲੂ। ਚਲੋ ਜੀ, ਲਓ ਜੀ ਆਪਾਂ ਹੀ ਇੱਥੇ ਵੀਡੀਓ ਐਂਡ ਕਰਦੇ ਆ ਔਰ ਬਰਫੀ ਦਾ ਆਨੰਦ ਲੈਂਦੇ ਆ, ਤੁਸੀਂ ਵੀ ਬਣਾਇਓ ਖਾਇਓ। ਬਹੁਤ ਆਸਾਨ ਆ, ਇੰਨਾ ਸੌਖਾ ਤਰੀਕਾ ਕਿਸੇ ਚੀਜ਼ ਦਾ ਨਹੀਂ ਹੈਗਾ, ਮਿੰਟਾਂ ਸਕਿੰਟਾਂ ਦੇ ਵਿੱਚ ਬਣ ਜਾਂਦੀ ਆ। ਬਸ ਵੀ ਕਿਉਂਕਿ ਵੀਡੀਓ ਬਣਾਉਂਦੇ ਹਾਂ ਜਦੋਂ ਥੋੜ੍ਹਾ ਟਾਈਮ ਲੱਗਦਾ, ਜੇ ਤੁਸੀਂ ਆਮ ਨੋਰਮਲ ਬਣਾਉਣੀ ਆ ਤਾਂ ਫਟਾਫਟ ਬਣ ਜਾਂਦੀ ਆ ਬਹੁਤ ਛੇਤੀ। ਤੇ ਇੱਥੇ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।